ਦੇ ਡਿਸਟੈਂਸ 'ਤੇ ਇੱਕ ਮੈਂ ਤੁਹਾਨੂੰ 27 ਕਿੱਲੇ ਦੀ ਜਿਹੜੀ ਸਟੈਂਡਰਡ ਮਿਣਤੀ 'ਚ ਵੱਡੀ ਮਿਣਤੀ 'ਚ ਇੱਕ ਪ੍ਰੋਪਰਟੀ ਦਿਖਾਉਣਾ ਆ। ਆਹ ਕਿੰਨੂ ਨਾਲ ਨਾਲ ਲੱਗਿਆ, ਪਰ ਕਿੰਨੂ ਦੀ ਜਿਹੜੀ ਲਾਈਫ ਹੈ ਖਤਮ ਹੋ ਚੁੱਕੀ ਹੈ। ਇਹ ਲਗਭਗ 9-10 ਕਿੱਲੇ ਆਹ ਵਾਲਾ ਸਫੇਦਾ ਹੈ, ਪਰੇ ਤੱਕ ਜਿਹੜੀ ਪ੍ਰੋਪਰਟੀ ਚਲੀ ਜਾਂਦੀ ਹੈ। ਹਾਏ ਦੋਸਤੋ, ਮੈਂ ਦੀਪਕ ਰਾਣਾ, ਡੀ ਕੇ ਪ੍ਰੋਪਰਟੀ ਐਂਡ ਕੰਸਟਰਕਸ਼ਨ ਦੇ ਚੈਨਲ 'ਤੇ ਤੁਹਾਡੇ ਨਾਲ ਰੂਬਰੂ ਹੋਇਆ। ਅੱਜ ਮੈਂ ਤੁਹਾਨੂੰ ਹੁਸ਼ਿਆਰਪੁਰ ਡਿਸਟ੍ਰਿਕਟ ਵਿੱਚ ਹੁਸ਼ਿਆਰਪੁਰ ਤੋਂ ਲਗਭਗ 20 ਕਿਲੋਮੀਟਰ ਔਰ ਚੱਬੇਵਾਲ ਤੋਂ ਲਗਭਗ 10-12 ਕਿਲੋਮੀਟਰ ਦੇ ਡਿਸਟੈਂਸ 'ਤੇ ਇੱਕ ਮੈਂ ਤੁਹਾਨੂੰ 27 ਕਿੱਲੇ ਦੀ ਜਿਹੜੀ ਸਟੈਂਡਰਡ ਮਿਣਤੀ 'ਚ ਵੱਡੀ ਮਿਣਤੀ 'ਚ ਇੱਕ ਪ੍ਰੋਪਰਟੀ ਦਿਖਾਉਣਾ ਆ, ਵਿੱਚ 25 ਦੀ ਜਿਹੜੀ ਕਨੈਕਸ਼ਨ ਹੈ, 25 ਦਾ ਮੋਟਰ ਕਨੈਕਸ਼ਨ ਹੈ। ਆਹ ਮੈਂ ਤੁਹਾਨੂੰ ਪ੍ਰੋਪਰਟੀ ਦਿਖਾਵਾਂ। ਆਹ ਕਿੰਨੂ ਨਾਲ ਨਾਲ ਲੱਗਿਆ, ਪਰ ਕਿੰਨੂ ਦੀ ਜਿਹੜੀ ਲਾਈਫ ਹੈ ਖਤਮ ਹੋ ਚੁੱਕੀ ਹੈ। ਇਹ ਨਾਲ ਮਕਾਨ ਪਿਆ ਇਹਦੇ ਵਿੱਚ ਇਸ ਪ੍ਰੋਪਰਟੀ 'ਚ। ਰਾਈਟ ਸਾਈਡ ਨੂੰ ਰਕਬਾ ਪੈਂਦਾ, ਆਹ ਤੁਸੀਂ ਦੇਖ ਸਕਦੇ ਹੋ। ਇਹ ਸਾਰਾ ਕਿੰਨੂ ਜਿਹੜਾ ਰਿਮੂਵ ਕਰਨ ਵਾਲਾ ਹੈ, ਰਿਮੂਵ ਕਰਕੇ ਬਾਕੀ ਜਿਹੜੀ ਫਸਲ ਇੱਥੇ ਲਾਈ ਜਾ ਸਕਦੀ ਹੈ। ਗਿਆਰਾਂ ਕਿੱਲੇ 'ਚ ਲਗਭਗ ਜਿਹੜਾ ਇਹ ਕਿੰਨੂ ਦਾ ਜਿਹੜਾ ਲੱਗਾ ਪਏ ਬੂਟੇ ਜਿਹੜੇ ਰਿਮੂਵ ਕਰ ਦਿੱਤੇ ਜਾਣਗੇ। 7 ਕਿੱਲੇ ਲਗਭਗ ਐਂ ਪਹਾੜ ਦੇ ਨਾਲ ਲੱਗਦੇ ਆ, ਔਰ ਜਿਹੜਾ ਸਫੇਦਾ ਤੁਸੀਂ ਦੇਖ ਸਕਦੇ ਹੋ ਜਿਹੜਾ ਅੱਗ ਨਾਲ ਇੱਕ ਦੇ ਝੁਲਸ ਚੁੱਕਿਆ। ਇਹ ਲਗਭਗ 9-10 ਕਿੱਲੇ ਆਹ ਵਾਲਾ ਸਫੇਦਾ ਹੈ, ਪਰੇ ਤੱਕ ਜਿਹੜੀ ਪ੍ਰੋਪਰਟੀ ਚਲੀ ਜਾਂਦੀ ਹੈ। ਇਸ ਪ੍ਰੋਪਰਟੀ ਦੇ ਨਾਲ ਨਾਲ ਆ ਇੱਕ ਚੋਈ ਜਾਂਦੀ ਹੈ, ਤੁਸੀਂ ਦੇਖ ਸਕਦੇ ਹੋ ਇਸ ਚੋਈ ਨੂੰ ਵੀ, ਕਾਫੀ ਡੂੰਘੀ ਜਿਹੜੀ ਚੋਈ ਹੈ। ਪਾਣੀ ਆਉਣ ਦਾ ਕੋਈ ਇੱਦਾਂ ਦਾ ਖਤਰਾ ਨਹੀਂ ਵੀ ਪਾਣੀ ਇਸ ਤੋਂ ਟੱਪ ਕੇ ਜਿਹੜਾ ਪ੍ਰੋਪਰਟੀ ਦੇ ਵਿੱਚ, ਪ੍ਰੋਪਰਟੀ ਉੱਚੀ ਹੋਣ ਦੇ ਨਾਤੇ ਇਸ ਪ੍ਰੋਪਰਟੀ ਨੂੰ ਜਿਹੜਾ ਮਾਰ ਕਰੂਗਾ। ਇਹ ਪ੍ਰੋਪਰਟੀ ਦੀ ਜਿਹੜੀ ਕੀਮਤ ਹੈ ਬਿਲਕੁਲ ਜੈਨੂਨ ਇਲਾਕੇ ਦੇ ਹਿਸਾਬ ਦੇ ਨਾਲ, ਵੱਡੀ ਮਿਹਨਤੀ ਔਰ ਮੋਟਰ ਦੇ ਨਾਲ
ਜਿਹੜੀ ਇਹਦੀ ਕੀਮਤ ਹੈ ਬਿਲਕੁਲ ਜੈਨੂਨ ਜਿਹੜੀ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੀ ਹੈ, ਇਸ ਰੇਟ 'ਤੇ ਤੁਹਾਨੂੰ ਪ੍ਰੋਪਰਟੀ ਇੱਥੇ ਮਿਲ ਨਹੀਂ ਸਕਦੀ। ਇਹ 27 ਕਿੱਲੇ ਦੀ ਇਹ ਪ੍ਰੋਪਰਟੀ ਹੈ। ਜਿਹੜੇ ਮੇਰੇ ਵੀਰ ਇੰਟਰਸਟ ਥੱਲੇ ਦਿੱਤੇ ਨੰਬਰ 'ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਆ। ਪ੍ਰੋਪਰਟੀ ਨੂੰ ਜਿਹੜਾ ਦੇਖ ਕੇ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਕਿਸੇ ਵੀ ਤਰੀਕੇ ਦੀ ਪ੍ਰੋਪਰਟੀ ਸੇਲ ਕਰਨ ਵਾਸਤੇ ਥੱਲੇ ਦਿੱਤੇ ਨੰਬਰ 'ਤੇ ਮੇਰੇ ਨਾਲ ਕੰਟੈਕਟ ਜ਼ਰੂਰ ਕਰੋ। ਧੰਨਵਾਦ ਜੀ।